ਤੇਰੀਆਂ ਆ ਜਾਏ
ਉਸਦੀ ਮਹਿਮਾ ਕਰੋ ਬੰਦਨ ਟੁੱਟ ਜਾਣਗੇ ਮੇਰਾ ਯੇਸੂ ਮੌਜੂਦ ਹੈ ਜਹਾਂ ਉਸਦੀ ਮਹਿਮਾ ਕਰੋ ਬੰਦਨ ਟੁੱਟ ਜਾਣਗੇ ਮੇਰਾ ਯੇਸੂ ਮੌਜੂਦ ਹੈ ਜਹਾਂ ਉਸਦੀ ਮਹਿਮਾ ਕਰੋ ਬੰਦਨ ਟੁੱਟ ਜਾਣਗੇ ਮੇਰਾ ਯੇਸੂ ਮੌਜੂਦ ਹੈ ਜਹਾਂ ਉਸਦੀ ਮਹਿਮਾ ਕਰੋ ਬੰਦਨ ਟੁੱਟ ਜਾਣਗੇ ਮੌਜੂਦ ਹੈ ਯਸੂਦੀ ਬੱਲੇ ਬੱਲੇ ਯਸੂਦੀ ਬੱਲੇ ਬੱਲੇ ਯਸੂਦੀ ਬੱਲੇ ਬੱਲੇ ਯਸੂਦੀ ਬੱਲੇ 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 ਤੇਰੀ ਬੱਲੇ ਬੱਲੇ ਰੱਖੇ ਅਸ਼ਹਾਦਤ ਤੂੰ ਪੈ ਬੱਲੇ 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 ਯਸੂ ਤੇਰੀ ਬੱਲੇ ਬੱਲੇ ਰੱਖੇ ਅਸ਼ਹਾਦਤ ਤੂੰ ਪੈ ਬੱਲੇ ਯਸੂਦੀ ਬੱਲੇ ਬੱਲੇ ਯਸੂਦੀ ਬੱਲੇ ਬੱਲੇ ਯਸੂਦੀ ਬੱਲੇ ਬੱਲੇ ਯਸੂਦੀ ਬੱਲੇ 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 ਯਸੂ ਤੇਰੀ ਬੱਲੇ ਬੱਲੇ ਹੁੰਦੀਆਂ ਨੇ ਦਿਲਾਂ ਚ ਬਹਾਰਾਂ ਤੇਰੇ ਵਿੱਚ ਹੁੰਦੀਆਂ ਨੇ ਦਿਲਾਂ ਚ ਬਹਾਰਾਂ ਤੇਰੀ ਉੱਤੋਂ ਦਿਲ ਯਸੂ ਹੱਸ ਕੇ ਨਿਭਾਰਾਂ ਤੇਰੇ ਉੱਤੇ ਦਿਲ ਯਸੂ ਤੇਰੇ ਉੱਤੇ ਦਿਲ ਮੇਰਾ
ਅਸੀਂ ਰੱਬ ਦੇ ਬਣਾਏ ਤਾਰੇ ਹਲੇਲੂਯਾ ਅਸੀਂ ਰੱਬ ਦੇ ਬਣਾਏ ਹੋਏ ਤਾਰੇ ਲੈਣੀਆਂ ਮੋਜਾਂ ਯਸੂ ਦੀ ਕਾਮ ਸਾਡੇ ਚ ਕੋਈ ਅਜਿਹਾ ਜਨ ਹੈ ਜਿਹਦੀ ਬੈਕ ਸਾਈਡ ਤੇ ਗਿਲਟੀ ਆ? ਹਾਲੇਲੂਯਾ। ਅਗਰ ਹੈ ਤਾਂ ਵਿਸ਼ਵਾਸ ਕਰੇ ਖੁਦਾ ਦੀ ਗਿਲਟੀ ਨੂੰ ਖਤਮ ਕਰ ਚੁੱਕਾ। ਹਾਲੇਲੂਯਾ। ਔਰ ਮੈਂ ਦੱਸਣਾ ਚਾਹੁੰਦਾ ਜਿਹਨਾਂ ਭੈਣਾਂ ਦੇ ਕੋਲ ਬੱਚੇ ਨਹੀਂ ਹੈਗੇ, ਪਲੀਜ਼ ਆਪਣੇ ਹੱਥ ਨੂੰ ਉਠਾਈਏ। ਜਿਹਨਾਂ ਦੇ ਕੋਲ ਬੱਚੇ ਨਹੀਂ ਹੈਗੇ ਅੱਗੇ ਆਈਏ ਭੈਣ ਜੀ। ਹਾਲੇਲੂਯਾ। ਅੱਜ ਦੀ ਡੇਟ ਨੋਟ ਕਰੋ। ਹਾਲੇਲੂਯਾ। ਭੈਣ ਖੁਦਾ ਦੇ ਵੱਲ ਦੇਖ, ਇੱਧਰ ਸਾਹਮਣੇ ਦੇਖ। ਹਾਲੇਲੂਯਾ। ਮੈਂ ਤੇਰੇ ਦਰਦ ਨੂੰ ਨਹੀਂ ਜਾਣਦਾ, ਮੈਂ ਤਾਂ ਇਨਸਾਨ ਆ, ਪਰ ਪਰਮੇਸ਼ੁਰ ਤੇਰੇ ਰੋਣੇ ਨੂੰ, ਤੇਰੇ ਹਾਲਾਤਾਂ ਨੂੰ ਜਾਣਦਾ। ਖੁਦਾ 2020 ਦੇ ਵਿੱਚ ਤੈਨੂੰ ਬਲੈਸ ਕਰਨ ਜਾ ਰਿਹਾ ਆਪਣੇ ਹੱਥ। ਆਮੇਨ। ਤੁਹਾਨੂੰ ਰੋਸ਼ਨ ਕਰਨ ਜਾ ਰਿਹਾ,
ਜਿਹਦਾ ਕਰਕੇ ਤੂੰ ਰੋਜ਼ ਤਾਨੇ ਸੁਣਦੀ ਆ ਹਾਲੇਲੂਯਾ, ਜਿਹਦਾ ਕਰਕੇ ਰੋਜ਼ ਤੈਨੂੰ ਕਈ ਵਾਰੀ ਇੱਥੋਂ ਤੱਕ ਵੀ ਕਿਹਾ ਜਾਂਦਾ ਤੈਨੂੰ ਛੱਡ ਦਿੱਤਾ ਜਾਵੇ, ਹੁੰਦੀ ਏਦਾਂ, ਪਰ ਅੱਜ ਤੋਂ ਬਾਅਦ ਕੋਈ ਨੀ ਤੈਨੂੰ ਕਵੇਗਾ। ਆਮੇਨ। ਮੇਰਾ ਖੁਦਾ ਜਾਣਦਾ, ਤੇਰਾ ਖੁਦਾ ਜਾਣਦਾ, ਪ੍ਰੋਬਲਮ ਕਿਸੇ ਨੂੰ ਵੀ ਆ ਸਕਦੀ ਹੈ। ਉਹ ਦੁਆਵਾਂ ਜਿਹੜੀਆਂ ਤੂੰ ਬੈੱਡ ਤੇ ਬੈਠ ਕੇ ਕੀਤੀਆਂ ਕੀਤੀਆਂ ਨਾ, ਕਿਹੜੀ ਵਾਸ਼ਰੂਮ ਚ ਵੀ ਖੜ ਕੇ ਰੋਈਆਂ, ਹਾਲੇਲੂਯਾ ਹਾਲੇਲੂਯਾ, ਕਿ ਅਰੇ ਚਾਕੂ ਦੇ ਨਾਲ ਇਹ ਸੋਚਿਆ ਕਿ ਮੈਂ ਆਪਣੀ ਜਾਨ ਲੈ ਲਵਾਂ, ਏਦਾਂ ਹੋਈ ਆ, ਕਿਉਂ ਖੁਦਾ ਨੇ ਜ਼ਿੰਦਗੀ ਨਹੀਂ ਦਿੱਤੀ। ਮੇਰੇ ਵੱਲ ਦੇਖੋ ਭੈਣ ਜੀ, ਤੁਸੀਂ ਸਾਹਮਣੇ ਦੇਖੋ, ਹਾਲੇਲੂਯਾ ਹਾਲੇਲੂਯਾ, ਜਿਸ ਖੁਦਾ ਨੇ ਮੈਨੂੰ ਜੀਵਨ ਦਿੱਤਾ ਉਹ ਅੱਜ ਤੇਰੀ ਪੀੜ੍ਹੀ ਨੂੰ ਬਤਾਵੇਗਾ, ਹਾਲੇਲੂਯਾ ਆਮੇਨ ਹਾਲੇਲੂਯਾ। 2020 ਦੇ ਵਿੱਚ ਖੁਦਾ ਤੈਨੂੰ ਤੇਰੇ ਪਰਿਵਾਰ ਦੇ ਨਾਲ ਪੂਰਾ ਕਰੇਗਾ, ਹਾਲੇਲੂਯਾ ਆਮੇਨ। ਹੁਣ ਤੂੰ ਸੁਨਸਾਨ ਦਾ ਮੂੰਹ ਬੰਦ ਕਰੇਗਾ ਜਿਹੜਾ ਕਹਿੰਦਾ ਤੇਰਾ ਯਿਸੂ ਕਿੱਥੇ, ਹਾਲੇਲੂਯਾ ਆਮੇਨ। ਜਿਹੜਾ ਕਹਿੰਦਾ ਤੇਰਾ ਪਰਮੇਸ਼ੁਰ ਕਿੱਥੇ, ਹਾਲੇਲੂਯਾ ਹਾਲੇਲੂਯਾ। ਕੋਈ ਭਾਈ ਅਜਿਹਾ ਇਸ ਜਗ੍ਹਾ ਤੇ ਜਿਹੜਾ ਸੁਸਾਈਡ ਕਰਨ ਦੇ ਬਾਰੇ ਸੋਚਦੇ, ਜਿਹਨੂੰ ਘਾਟਾ ਪਿਆ, ਹਾਲੇਲੂਯਾ ਹਾਲੇਲੂਯਾ। ਜਿਹੜਾ ਕਹਿੰਦਾ ਮੈਂ ਮਰ ਜਾਣਾ, ਹਾਲੇਲੂਯਾ ਹਾਲੇਲੂਯਾ। ਅਗਰ ਉਹ ਸਾਹਮਣੇ ਆ ਕੇ ਕਹਿ ਸਕਦਾ ਤੇ ਜ਼ਰੂਰ ਸਾਹਮਣੇ ਆਈਏ, ਜੇ ਨਹੀਂ ਆ ਤੇ ਦਿਲੇ ਤੋਂ ਯਾਦ ਕਰੋ। ਔਰ ਜਿਹਦੇ ਵੀ ਗਿਲਟੀ ਆ ਪਲੀਜ਼ ਛੁਪਾਵੇ ਨਾ, ਵਿਸ਼ਵਾਸ ਕਰੀਏ ਉਹਦੀਆਂ ਗਿਲਟੀਆਂ ਜਾ ਚੁੱਕੀਆਂ, ਹਾਲੇਲੂਯਾ ਹਾਲੇਲੂਯਾ। ਮੇਰੀ ਭੈਣ ਇੱਕ ਚੀਜ਼ ਕਰੀ, ਜਿੱਦਣ ਪਰਮੇਸ਼ਰ ਤੈਨੂੰ ਦੇਵੇ, ਸਰਦੀ ਹੋਵੇ ਚਾਹੇ ਗਰਮੀ ਹੋਵੇ, ਪਰ ਉਹਨੂੰ ਪਰਮੇਸ਼ਰ ਦੇ ਘਰ ਚ ਲੈ ਕੇ, ਕਿਉਂਕਿ ਤੇਰੇ ਤੇ ਰੋਕਾਂ ਬਹੁਤ ਜ਼ਿਆਦੀਆਂ। ਖੁਦਾ ਤੇਰੇ ਕੋਲ ਖੜਾ ਹੋ ਕੇ ਸੁਣਦਾ ਤੇਰੀ ਆਵਾਜ਼ ਨੂੰ, ਔਰ ਉਹਨੂੰ ਦਾਊਦ ਦੀਆਂ ਕਹਾਣੀਆਂ ਸੁਣਾਈ, ਸ਼ਮੌਨ ਦੀਆਂ ਕਹਾਣੀਆਂ ਸੁਣਾਈ, ਉਹ ਆਉਣ ਵਾਲੇ ਲੋਕਾਂ ਦੇ ਲਈ ਇੱਕ ਨਵੀਂ ਰਾਹ ਦਿਖਾਊਗਾ ਲੋਕਾਂ ਨੂੰ। ਆਮੇਨ ਆਮੇਨ। ਪਰ ਅੱਜ ਵਿਸ਼ਵਾਸ ਕਰ ਜਾ ਚੁੱਕੀ ਆ, ਹਾਲੇਲੂਯਾ ਹਾਲੇਲੂਯਾ। ਤੇਰਾ ਤੇ ਮੇਰਾ ਖੁਦਾ ਇੱਥੇ ਆ, ਹਾਲੇਲੂਯਾ ਹਾਲੇਲੂਯਾ। ਉਹ ਸਾਡੇ ਵਿਚਕਾਰ ਹੀ ਆ, ਹਾਲੇਲੂਯਾ 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 ਹਾਲੇਲੂਯਾ। ਦੀਵਾਰਾਂ ਢਾ ਦਿੱਤੀਆਂ, ਹਾਲੇਲੂਯਾ ਹਾਲੇਲੂਯਾ ਹਾਲੇਲੂਯਾ। ਟਾਈਮ 12 ਵਜਣ ਵਾਲੇ ਆ, ਦੂਸਰਾ ਦਿਨ ਚੜਨ ਵਾਲਾ ਆ, ਪਰ ਕਹਿੰਦਾ ਦੂਸਰਾ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਮੈਂ ਤੈਨੂੰ ਤੇਰੇ ਲਈ ਸਵਰਗ ਨੂੰ ਖੋਲ ਚੁੱਕਾ, ਹਾਲੇਲੂਯਾ ਹਾਲੇਲੂਯਾ। ਖੁਦਾ ਤੈਨੂੰ ਭਰ ਚੁੱਕਾ ਆਤਮਾ ਦੇ ਅਭਿਸ਼ੇਕ ਦੇ ਨਾਲ, ਹਾਲੇਲੂਯਾ ਹਾਲੇਲੂਯਾ। ਔਰ ਤੇਰੇ ਘਰ ਨੂੰ ਰੋਸ਼ਨ, ਇੱਕ ਇੱਕ ਪ੍ਰੋਬਲਮ ਜਾ ਕੇ ਸਕੈਨਿੰਗ ਕਰਾ ਲਿਓ, ਜਾ ਕੇ ਡਾਕਟਰ ਨੂੰ ਦਿਖਾ ਲਿਓ, ਅੱਜ ਨਿਕਲ ਗਈ, ਹਾਲੇਲੂਯਾ। ਜਿਹੜੀਆਂ ਪ੍ਰੋਬਲਮਾਂ ਕ੍ਰੀਏਟ ਹੋਈਆਂ ਸੀ ਉਹ ਨਿਕਲ ਚੁੱਕੀ, ਤੇਰਾ ਖੁਦਾ ਤੇਰੇ ਨਾਲ ਆ, ਹਾਲੇਲੂਯਾ ਹਾਲੇਲੂਯਾ। ਮੇਰੇ 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 ਕਰਨ ਦੇ ਨਾਲ ਨੀ, ਤੇਰੀ ਦੁਆ ਨੇ ਸਭ ਕੁਛ ਕੀਤਾ, ਹਾਲੇਲੂਯਾ। ਤੇਰੇ ਵਿਸ਼ਵਾਸ ਨੇ ਸਭ ਕੁਛ ਕੀਤਾ, ਹਾਲੇਲੂਯਾ। ਤੇਰਾ ਵਿਸ਼ਵਾਸ ਤਕੜਾ, ਹਾਲੇਲੂਯਾ ਹਾਲੇਲੂਯਾ। ਕਈ ਵਾਰੀ ਸੋਚਦੀ ਆ ਰੋਡ ਤੇ ਜਾਂਦੇ ਆ ਕਿਤੇ ਗੱਡੀ ਲੱਗ ਜਾਵੇ, ਮੇਰੀ ਜਾਨ ਹੀ ਨਿਕਲ ਜਾਵੇ, ਹਾਲੇਲੂਯਾ ਹਾਲੇਲੂਯਾ। ਇਹਦਾ ਕਾਹਤੋਂ ਸੋਚਦੇ ਹੋ, ਹਾਲੇਲੂਯਾ ਹਾਲੇਲੂਯਾ। ਮੇਰੀ ਭੈਣ ਇੱਧਰ ਮੇਰੇ ਨਾਲ ਧਿਆਨ ਦੇ, ਸੋਚਿਆ ਇਹ ਤਾਂ ਕਿੰਨੀ ਵਾਰੀ, ਪਰ ਅੱਜ ਖੁਦਾ ਕਹਿੰਦਾ ਇਹੀ ਜਾਨ ਲੋਕਾਂ ਨੂੰ ਬਚਾਵੇਗੀ। ਆਮੇਨ ਆਮੇਨ ਹਾਲੇਲੂਯਾ ਹਾਲੇਲੂਯਾ। ਖੁਦਾ ਤੇਰੇ ਨਾਲ ਆ, ਕਦੀ ਸੁਸਾਈਡ ਨਹੀਂ ਸੋਚਣਾ, ਲੋਕਾਂ ਨੂੰ ਬਚਾਉਣਾ ਆ, ਲੋਕਾਂ ਨੂੰ ਦਲੇਰੀ ਦੇਣੀ ਆ। ਅੱਜ ਤੋਂ ਬਾਅਦ ਖੁਦਾ ਤੇਰੇ ਦੁਆਰਾ ਤੇਰੇ ਵਰਗੀਆਂ ਭੈਣਾਂ ਨੂੰ ਬਚਾਵੇਗਾ, ਹਾਲੇਲੂਯਾ। ਜਿਹੜੀਆਂ ਜ਼ਿੰਦਗੀ ਚ ਨਿਰਾਸ਼ ਆ, ਹਾਲੇਲੂਯਾ। ਤੇ ਜਿਹੜੀਆਂ ਕਹਿੰਦੀਆਂ
ਅਸੀਂ ਵੀ ਫਾਹ ਲੈ ਕੇ ਮਰ ਜਾਣਾ, ਉਹਨਾਂ ਨੂੰ ਬਚਾਵੇਗੀ ਜਾ ਕੇ। ਹਾਲੇਲੂਯਾ। ਜਦੋਂ ਤੇਰੇ ਚਿਹਰੇ ਨੂੰ ਦੇਖਣਗੇ, ਤੇਰੀ ਗਵਾਹੀ ਨੂੰ ਸੁਣਨਗੀਆਂ, ਤੇ ਉਹਨਾਂ ਦੇ ਜੀਵਨ ਬਦਲੀ ਹੋ ਜਾਣਗੇ। ਹਾਲੇਲੂਯਾ। ਮੇਰੇ ਭੈਣੋ ਤੇ ਭਰਾਓ, ਖੁਦਾ ਨਾਲ ਇਹਨਾਂ ਦੇ। ਹਾਲੇਲੂਯਾ। ਮੈਂ ਇਹਨਾਂ ਨੂੰ ਪਹਿਲੀ ਵਾਰੀ ਮਿਲਿਆ, ਪਰ ਯਿਸੂ ਰੋਜ਼ ਮਿਲਦਾ। ਹਾਲੇਲੂਯਾ। ਰੋਜ਼ ਇਹਦੇ ਦਰਵਾਜ਼ੇ ਤੇ ਦਸਤਕ ਦਿੰਦਾ, ਰੋਜ਼ ਇਹਨੂੰ ਵਚਨ ਦੇ ਥਰੂ ਤਸੱਲੀ ਦਿੰਦਾ। ਇਹਦਾ ਕਿਉਂ ਰੋਣੀ ਆ, ਮੈਂ ਤੇਰਾ ਪਰਮੇਸ਼ਰ ਆ। ਹਾਲੇਲੂਯਾ। ਕਿੰਨੀ ਵਾਰੀ ਸੋਚਿਆ ਕਿ ਨਹੀਂ ਗੱਡੀ ਲੱਗ ਜਾਵੇ ਕਿਤੇ, ਮੌਤ ਹੀ ਆ ਜਾਵੇ, ਏਦਾਂ ਥੋੜੀ ਆਉਂਦੀ ਮੌਤ। ਤੁਸੀਂ ਉਹਦੇ ਪ੍ਰੋਫਿਟ ਹੋ, ਬਚਾ ਕੇ ਰੱਖਿਆ ਹੁਣ ਤੁਹਾਨੂੰ, ਉਹ ਤੁਹਾਡੀ ਮੌਤ ਨੂੰ ਜੀਵਨ ਚ ਤਬਦੀਲ ਕਰਤਾ ਅੱਜ ਰਾਤ ਉਸਨੇ। ਹਾਲੇਲੂਯਾ। 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 ਸੁਸਾਈਡ ਵਾਲੇ ਬੜੇ ਕੇਸ ਆ ਇੱਥੇ। ਹਾਲੇਲੂਯਾ। ਬੜੇ ਸੋਚਿਆ, ਬੜੇ ਲੋਕਾਂ ਨੇ ਸੋਚਿਆ। ਹਾਲੇਲੂਯਾ। ਕੁਛ ਲੋਕ ਸਾਹਮਣੇ ਆਉਣਾ ਚਾਹੁੰਦੇ, ਕੁਛ ਨਹੀਂ ਚਾਹੁੰਦੇ, ਪਰ ਮੈਂ ਦੱਸਣਾ ਚਾਹੁੰਦਾ 2020 ਦੇ ਵਿੱਚ ਉਹਨਾਂ ਦੇ ਜੀਵਨ ਚ ਮੌਤ ਨਹੀਂ, ਉਹ ਲੋਕਾਂ ਨੂੰ ਜ਼ਿੰਦਗੀ ਦੇਣ ਵਾਲੇ ਹੋ। ਜਿਹੜੇ ਲੋਕ ਕਹਿੰਦੇ ਕਾਫ ਰੇਸ਼ਾ ਹੁੰਦੀ ਆ, ਉਹ ਚਰਚ ਦੇ ਵਿੱਚ ਉਹਨਾਂ ਲੋਕਾਂ ਨੂੰ ਰੇਸ਼ਾ ਹੁੰਦੀ ਜਿਹੜੇ ਪਿੱਛੇ ਬੈਠ ਕੇ ਮੂੰਹ ਚ ਕਹਿੰਦੇ ਹਾਲੇਲੂਯਾ, ਪ੍ਰਭੂ ਤੇਰਾ ਧੰਨਵਾਦ। ਅੱਜ ਯਾਦ ਰੱਖਿਓ, ਆਪਣਾ ਮੂੰਹ ਖੋਲ ਕੇ ਵਡਿਆਈ ਕਰਨੀ ਸ਼ੁਰੂ ਕਰ ਦਿਓ। ਡਾਕਟਰ ਤੁਹਾਡੇ ਤੋਂ ਦੂਰ ਦੂਰ ਰਹਿ ਗਿਆ, ਕਿਉਂਕਿ ਡਾਕਟਰ ਜੀਸਸ ਤੁਹਾਡੇ ਕੋਲ। ਹਾਲੇਲੂਯਾ। ਰਾਜਿਆਂ ਦਾ ਰਾਜਾ ਤੁਹਾਡੇ ਕੋਲ ਆ, ਵੈਦਾਂ ਦਾ ਵੈਦ ਤੁਹਾਡੇ ਕੋਲ। ਕਹਿੰਦੀ ਆਪਣੇ ਹੱਥ ਖੋਲੀਏ। ਹਾਲੇਲੂਯਾ। ਸਭ ਲੋਕ ਇਹਨਾਂ ਭੈਣਾਂ ਲਈ ਦੁਆ ਕਰੀਏ। ਹਾਲੇਲੂਯਾ। ਖੁਦਾ ਇਹਨਾਂ ਨੂੰ ਲੈ। ਹਾਲੇਲੂਯਾ। ਤੇਰੀ ਸਾਮਰਥ ਨੂੰ ਰਿਲੀਜ਼ ਕਰਦਾ। ਹਾਲੇਲੂਯਾ। ਤੇਰੀ ਅੱਗ ਨੂੰ ਰਿਲੀਜ਼ ਕਰਦਾ। ਤੇਰੀ ਬੈਠ ਪੜ ਜਾ। ਹਾਲੇਲੂਯਾ। ਸੱਚਮੁੱਚ ਖੁਦਾ ਤੇਰੇ ਤੇਰੇ ਕੁੱਖ ਦੇ ਤੋਂ ਬੰਧਨ ਤੋੜੇ ਗਏ। ਸੱਚਮੁੱਚ ਤੁਹਾਡੇ ਬੰਧਨ ਟੁੱਟ ਚੁੱਕੇ। ਹਾਲੇਲੂਯਾ। ਸੂਸਾਈਡ ਜੀਵਨ ਵਿੱਚ ਬਦਲ ਗਿਆ। ਹਾਲੇਲੂਯਾ। ਰਾਤ ਬਦਲ ਗਈ। ਹਾਲੇਲੂਯਾ। ਜਿਹਨਾਂ ਨੂੰ ਉੱਚਾ ਸੁਣਦਾ ਹਾਲੇਲੂਯਾ, ਉਹ ਅੱਗੇ ਆ ਜਾਈਏ। ਹਾਲੇਲੂਯਾ। ਅੱਜ ਪੂਰਾ ਸੁਣੇਗਾ ਹਾਲੇਲੂਯਾ। ਪਰਮੇਸ਼ਰ ਸੱਚਮੁੱਚ ਹਾਲੇਲੂਯਾ ਉਹਨਾਂ ਨੂੰ ਪੂਰਾ ਸੁਣੇਗਾ। ਸਿਰਫ 4 ਮਿੰਟ ਆ ਹਾਲੇਲੂਯਾ, 4 ਮਿੰਟ ਦੇ ਵਿੱਚ ਜਿਹਨਾਂ ਨੂੰ ਉੱਚਾ ਸੁਣਦਾ ਹਾਲੇਲੂਯਾ, ਪੈਰਾਂ ਤੇ ਸਵਾਇਲਿੰਗ ਰਹਿੰਦੀ ਹੋ ਅੱਗੇ ਆ ਜਾਓ। ਹਾਲੇਲੂਯਾ। ਕਿਹੜੇ ਕੰਮ ਤੋਂ ਉੱਚਾ ਸੁਣ? ਵਿਸ਼ਵਾਸ ਕਰੀਏ, ਹੱਥ ਰੱਖੀਏ ਆਪਣਾ। ਪ੍ਰਭੂ ਯਿਸੂ ਸੀ, ਮੇਰੇ ਕੰਨ ਨੂੰ ਖੋਲ ਦੇ, ਮੇਰੇ ਕੰਨ ਨੂੰ ਖੋਲ ਦੇ, ਮੇਰੇ ਕੰਨ ਨੂੰ ਖੋਲ ਦੇ, ਮੇਰੇ ਕੰਨ ਨੂੰ ਖੋਲ ਦੇ। ਪ੍ਰਭੂ ਯਿਸੂ ਦੇ ਨਾਮ ਮੈਂ ਵਿਸ਼ਵਾਸ ਕਰਦੀ ਹਾਂ, ਮੈਂ ਵਿਸ਼ਵਾਸ ਕਰਦੀ ਹਾਂ। ਆਮੇਨ। ਹੁਣ ਇਕੱਲਾ ਕੰਨ ਬੰਦ ਕਰਕੇ ਸੁਣ ਕੇ ਦੇਖੋ। ਹੈਲੋ ਹੈਲੋ ਤੁਸੀਂ ਪੁੱਛੋ ਸੁਣਦਾ ਇਹਨਾਂ ਨੂੰ? ਇੱਕ ਕੰਨ ਤੇ ਹੱਥ ਰੱਖੋ, ਇੱਕ ਕੰਨ ਤੇ ਹੱਥ ਰੱਖੋ। ਬੁਲਾਓ ਬੁਲਾਓ ਬੁਲਾਓ। ਹਾਲੇਲੂਯਾ। 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 ਅੱਜ ਰਾਤ ਹੀ ਇਹਨਾਂ ਨੂੰ ਸਹੀ ਸੁਣਨਾ ਲੱਗ ਪਿਆ, ਕਿਉਂਕਿ ਯਿਸੂ ਇਹਨਾਂ ਦੇ ਜੀਵਨ ਚ ਆ ਗਿਆ। ਹਾਲੇਲੂਯਾ। ਜਿਹੜੀ ਗਲੇ ਦੀ ਸਮੱਸਿਆ ਉਹ ਵੀ ਜਾ ਰਹੀ ਹੈ।
ਤੁਸੀਂ ਘਰ ਜਾਓ, ਗਵਾਹੀ ਨਾਲ ਵਾਪਸ ਆ ਜਾਓ, ਤੁਹਾਡਾ ਗਲਾ ਵੀ ਸਹੀ ਹੋ ਰਿਹਾ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ। ਤੇਰਾ ਪਵਿੱਤਰ ਆਤਮਾ ਸ਼ੁਵੇ ਸੱਚਮੁੱਚ ਪਰਮੇਸ਼ਰ ਵੱਡੀਆਂ ਵੱਡੀਆਂ ਗੋਲੀਆਂ ਖੜੀਆਂ। ਇਹ ਜਿਹੜਾ ਕ੍ਰਿਸਮਿਸ ਆ, ਪ੍ਰਭੂ ਯਸੂ ਮਸੀਹ ਦਾ ਜਨਮ ਚਰਨੀ ਚ ਨੀ, ਅੱਜ ਤੁਹਾਡੇ ਜੀਵਨ ਚ। ਜਿੱਥੇ ਯਸੂ ਉੱਥੇ ਬਿਮਾਰੀਆਂ ਤੇ ਪਾਪ ਨਿਕਲ ਜਾਂਦਾ, ਉੱਥੇ ਨਸ਼ੇਬਾਜ਼ੀਆਂ ਨਿਕਲ ਜਾਂਦੀਆਂ। ਹਾਲੇਲੂਯਾ। ਨਿਰਾਸ਼ਾ ਆਸ਼ਾ ਵਿੱਚ ਬਦਲ ਜਾਂਦੀ ਆ, ਮੌਤ ਜੀਵਨ ਵਿੱਚ ਬਦਲ ਜਾਂਦੀ ਆ। ਮੇਰੇ ਭੈਣੋ ਤੇ ਭਰਾਓ, ਜਿਸ ਖੁਦਾ ਨੇ ਮੈਨੂੰ ਚੰਗਾ ਕੀਤਾ, ਉਹ ਤੁਹਾਨੂੰ ਵੀ ਚੰਗਾ ਕਰਨ ਦੀ ਸਾਮਰਥ ਰੱਖਦਾ। ਹਾਲੇਲੂਯਾ। ਕਿਹੜੇ ਲੋਕ ਆਤਮਾ ਦੇ ਨਾਲ ਭਰਨਾ ਚਾਹੁੰਦੇ ਆ? ਜਦੋਂ ਇੱਕ ਛੋਟਾ ਕੋਰਸ ਬੋਲੀਏ, ਲੋਕ ਰੂਹ ਦੇ ਨਾਲ ਭਰ ਜਾਣਗੇ। ਹਾਲੇਲੂਯਾ। ਛੋਟਾ ਹੀ, ਬਸ ਦੋ ਤਿੰਨ ਮਿੰਟ ਦਾ ਬਸ ਬੋਲੀਏ, ਲੋਕ ਰੂਹ ਦੇ ਨਾਲ ਭਰ ਜਾਣਗੇ। ਖੁਦਾਵੰਦ ਤੇਰੇ ਰੂਹ ਨੂੰ ਰਸੀਵ ਕਰੀਏ। ਹਾਲੇਲੂਯਾ। ਰਸੀਵ ਕਰੋ। ਹਾਲੇਲੂਯਾ। ਤੁਸੀਂ ਉਹਦੇ ਹੀ 2020 ਪਰਮੇਸ਼ਰ ਦਾ ਰੂਹ ਇਸ ਜਗ੍ਹਾ ਤੇ ਆ। ਮੈਂ ਨੀ ਬੋਲਦਾ, ਮੇਰੇ ਭੈਣ ਅੱਜ ਭਰਾਓ, ਖੁਦਾ ਬੋਲੇਗਾ ਅੱਜ। ਹਾਲੇਲੂਯਾ। ਉਹਨਾਂ ਦੇ ਮੇਰਾ ਪਰਮੇਸ਼ਰ ਬੋਲੇਗਾ। ਹਾਲੇਲੂਯਾ। ਜਿਹੜੇ ਘਰ ਤੋਂ ਹੀ ਮੰਗ ਕੇ ਆਏ ਆ। ਹਾਲੇਲੂਯਾ।
ਔਰ ਜਿੰਨੇ ਕਿੰਨੇ ਦੇ ਸਿਰ ਕਰਜ਼ੇ ਆ ਹਾਲੇ ਲੂਯਾ ਜਿਹੜੇ ਜਿਹੜੇ ਕਰਜ਼ੇ ਜਿਨ੍ਹਾਂ ਦੇ ਸਿਰ ਕਰਜ਼ੇ ਆ 2020 ਮਾਰਚ ਤੱਕ ਉਹ ਫ੍ਰੀ ਆ, ਮੈਂ ਨੀ ਜਾਣਦਾ ਕਿੱਦਾਂ ਹੋਣਗੇ। ਔਰ ਮੈਂ ਚਾਹੁੰਦਾ ਤੁਸੀਂ 9 ਦੇ 9 ਹੀ ਚਾਹੁੰਦੇ ਹਾਲੇ ਲੂਯਾ ਪਰਫੈਕਟ, ਪਰ ਇੱਕ ਕੰਮ ਕਰਿਓ ਹਾਲੇ ਲੂਯਾ ਜਨਵਰੀ ਸਟਾਰਟ ਹੋਣੀ ਆ, ਇੱਕ ਦਿਨ ਰੋਟੀ ਖਾਇਓ, 30 ਦਿਨ ਫਾਸਟਿੰਗ ਕਰ ਲਈਓ ਪਰਮੇਸ਼ਰ ਦੇ ਕੇ, 9 ਦੇ 9 ਹੀ 15ਵੇਂ ਦਿਨ ਤੋਂ ਸਟਾਰਟ ਹੋ ਜਾਣਗੇ ਤੁਹਾਡੇ ਜੀਵਨ ਚ ਆਉਣੇ। ਹਾਲੇ ਲੋਹੀਆ, ਹਾਲੇ ਲੋਹੀਆ, ਤੁਹਾਡੇ ਤੇ ਅਭਿਸ਼ੇਕ ਹੋਵੇਗਾ। ਹਾਲੇ ਲੋਹੀਆ, ਪਰ ਨਾਲ ਦੀ ਨਾਲ ਚੇਤਾਵਨੀਆਂ ਮੁਸੀਬਤਾਂ ਆਉਣਗੀਆਂ, ਬਚਣਾ ਪਏਗਾ। ਹਾਲੇ ਲੋਹੀਆ, ਕਿਉਂਕਿ ਸ਼ੈਤਾਨ ਨਾਲ ਦੀ ਨਾਲ ਖੜਾ ਹੋਵੇਗਾ। ਹਾਲੇ ਲੋਹੀਆ, ਇੱਕ ਦਿਨ ਰੋਟੀ ਖਾ ਲਿਓ ਪਹਿਲੀ ਵਾਲੇ ਦਿਨ, ਉਦਣ ਮਾਫ ਆ, 30 ਤੱਕ ਉਦੇ ਚੱਲਿਓ। ਹਾਲੇ ਲੋਹੀਆ, ਰਿਸੀਵ ਕਰੀਏ ਪਰਮੇਸ਼ਰ ਦਾ ਰੂਹ ਤੁਹਾਡੇ ਤੇ ਆ। ਹਾਲੇ ਲੋਹੀਆ, ਉਹਦਾ ਸਾਮਰਥ ਤੁਹਾਡੇ ਤੇ ਹਾਲੇ ਜੋ ਵਿਸ਼ਵਾਸ ਰੱਖਦੇ ਉਹਦੇ ਨਾਲ ਪਰਚਣ ਪਿਤਾ ਹਾਲੇ ਇਹਨਾਂ ਦੇ ਪਿੰਡ ਦੇ ਜੀਵਨ ਚ ਤੇਰਾ ਸਾਮਰਥ ਸਾਮਰਥ ਹਾਲੇ ਲਈ ਇੱਕ ਦਿਨ ਛੱਡ ਕੇ ਪਿਤਾ, ਜਨਵਰੀ ਦਾ ਮਹੀਨਾ, ਇੱਕ ਦਿਨ ਖਾਣ ਪਿਤਾ, 30 ਦਿਨ ਨਾ ਖਾਣ ਪਿਤਾ, 15ਵੇਂ ਦਿਨ ਪਿਤਾ ਤੇਰਾ ਰੂਹ ਇਹਨਾਂ ਨੂੰ ਦੱਸੇ ਕਿ ਮੈਂ ਹੈਗਾ ਹਾਲੇਲੂਯਾ। 15ਵੇਂ ਦਿਨ ਇੱਕ ਇੱਕ ਕਰਕੇ ਇਹਨਾਂ ਦੇ ਜੀਵਨ ਚ ਤੇਰੇ ਵਰਦਾਨ ਰਿਲੀਜ਼ ਹੋ ਜਾਣ ਪਿਤਾ। ਔਰ ਸੁਚੇਤ ਰਹੋ, ਬਹੁਤ ਲੋਕਾਂ ਨੇ ਤੁਹਾਨੂੰ ਸ਼ਰਮਿੰਦੇ ਕਰਨਾ, ਪਰ ਪਲਟ ਕੇ ਜਵਾਬ ਨਾ ਦਿਓ, ਜੇ ਕਿਤੇ ਮਾਰੀ ਤਾਂ ਦੂਜੀ ਅੱਗੇ ਕਰ ਦਿਓ। ਹਾਲੇਲੂਯਾ, ਇਹ ਤੁਹਾਡੇ ਲਈ ਬੈਨ ਆ ਕਿਸੇ ਦਾ ਗੁੱਸਾ ਕਰਨਾ, ਜੇ ਤੁਸੀਂ ਰੂਹ ਨੂੰ ਚਾਹੁੰਦੇ ਹੋ। ਹਾਲੇਲੂਯਾ, ਬਿਸ਼ ਕਿੱਦਾਂ ਦੀ ਰੱਖ ਕੇ ਆਉਂਦੇ ਤੁਸੀਂ? ਕੋਈ ਕਹਿੰਦਾ ਮੈਨੂੰ ਬਾਲੀਆਂ ਮਿਲ ਜਾਣ, ਸੋਨੇ ਨੀ ਆ। ਹਾਲੇਲੂਯਾ, ਕੌਣ ਆ ਇਹਨਾਂ ਦਾ ਵਿਅਕਤੀ? ਕਿੱਦਾਂ ਦੀ ਰੱਖ ਕੇ ਆਏ ਹੋ? ਇਹ ਕਹੋ ਜ਼ਿੰਦਗੀ ਮਿਲ ਜਾਵੇ। ਹਾਲੇਲੂਯਾ, ਮੇਰੀ ਭੈਣ ਜੇ ਤੂੰ ਵਿਸ਼ ਰੱਖ ਕੇ ਆਈ ਆ ਤੇ ਜਿੱਥੇ ਵੀ ਤੂੰ ਮੇਰੀ ਆਵਾਜ਼ ਨੂੰ ਸੁਣਦੀ ਆ, ਜ਼ਿੰਦਗੀ ਮੰਗ। ਹਾਲੇਲੂਯਾ, ਕੌਣ ਮੰਗ ਕੇ ਆਇਆ? ਤੁਸੀਂ ਮੰਗ ਕੇ ਆਏ ਹੋ? ਹਾਂ, ਦੇਖ ਲਓ, ਮੈਂ ਝੂਠ ਤਾਂ ਨੀ ਬੋਲਿਆ, ਤੁਹਾਡੇ ਸਾਹਮਣੇ ਨਿਕਲ ਕੇ ਆਇਆ। ਕਹਿੰਦੇ ਫਿਰ ਚਾਹੀਦੀ? ਹਾਲੇਲੂਯਾ, ਬਸ ਖੁਦਾ ਦਾ ਰੂਹ ਪੱਕਾ ਯਿਸੂ ਇੱਥੇ ਹੀ ਆ, ਸੁਣਦਾ ਆਵਾਜ਼ ਨੂੰ। ਹਾਲੇਲੂਯਾ, ਰਾਈਟ? ਕਹਿੰਦਾ ਛੋਟੀ ਤੋਂ ਛੋਟੀ ਵਿਸ਼ ਨੂੰ ਵੀ ਮੈਂ ਜਾਣਦਾ। ਹਾਲੇਲੂਯਾ, ਮੇਰੀ ਭੈਣ, ਖੁਦਾ ਤੈਨੂੰ ਦੇਵੇਗਾ। ਹਾਲੇਲੂਯਾ, ਜਿਸ ਵਿਸ਼ਵਾਸ ਨਾਲ ਆਈ ਉਸੇ ਵਿਸ਼ਵਾਸ ਨਾਲ ਅੱਜ 3-4 ਚਮਤਕਾਰ ਲੈ ਚੱਲੇ ਹੋ, ਲੋਕਾਂ ਦੀ ਜ਼ਿੰਦਗੀ ਚ ਵੀ ਚਮਤਕਾਰ ਕਰਿਓ। ਹਾਲੇਲੂਯਾ, ਔਰ ਬੀਜਣਾ ਕਿੰਨਾ ਚਾਹੁੰਦੇ ਜਿਹੜੇ ਲੋਕ ਬੀਜਦੇ ਨੇ, ਮੈਂ ਉਹਨਾਂ ਨੂੰ ਇੱਕ ਖਾਸ ਕਰਕੇ ਦੱਸਣਾ ਚਾਹੁੰਦਾ, 2020 ਦੇ ਵਿੱਚ ਬੀਜਣਾ ਸ਼ੁਰੂ ਕਰ ਦਿਓ ਅਗਰ ਤੁਸੀਂ ਰਿਚ ਹੋਣਾ ਚਾਹੁੰਦੇ। ਲੋਕਾਂ ਦੇ ਮੋਹਰੇ ਏਦਾਂ ਨਹੀਂ ਕਰਨਾ ਚਾਹੁੰਦੇ, ਏਦਾਂ ਕਰਨਾ ਚਾਹੁੰਦੇ, 2020 ਦੇ ਵਿੱਚ ਬੀਜਣਾ ਸ਼ੁਰੂ ਕਰ ਦਿਓ। ਹਾਲੇਲੂਯਾ, ਹਾਲੇਲੂਯਾ, ਕਿੰਨੇ ਲੋਕ ਬੀਜਣਗੇ?
ਹਾਲੇਲੂਯਾ ਪ੍ਰਭੂ ਆਪ ਸਭ ਨੂੰ ਬਰਕਤ ਦੇਵੇ ਆਮੀਨ ਪ੍ਰਭੂ ਆਪ ਸਭ ਨੂੰ ਬਰਕਤ ਦੇਵੇ ਆਮੀਨ ਔਰ ਕਦੀ ਇਹ ਨਾ ਕਹੀਓ ਕਿ ਜਿਹੜੇ ਖੁਦਾ ਦੇ ਦਾਸ ਆ ਉਹ ਪੈਸੇ ਲਈ ਜੁੜੇ ਉਹਨਾਂ ਨੂੰ ਕੋਈ ਤੁਹਾਡੇ ਪੈਸੇ ਨਾਲ ਪ੍ਰੇਮ ਨਹੀਂ ਉਹਨਾਂ ਨੂੰ ਇੱਕੋ ਹੀ ਪ੍ਰੇਮ ਆ ਜਿੱਦਾਂ ਉਹਦਾ ਪ੍ਰਭੂ ਕਹਿੰਦਾ ਸੀ ਕੋਈ ਜਾਨ ਨਾਸ਼ ਨਾ ਹੋਵੇ ਇਦਾਂ ਹੀ ਖੁਦਾ ਦੇ ਦਾਸ ਕਹਿੰਦੇ ਆ ਕੋਈ ਵੀ ਜਾਨ ਨਾਸ਼ ਨਾ ਹੋਵੇ ਉਹ ਰੋਜ਼ ਰੋਂਦਾ ਉਹਦੇ ਬੱਚੇ ਤਰਸਦੇ ਆ ਗੱਲ ਕਰਨ ਨੂੰ ਪਰ ਉਹ ਕਹਿੰਦਾ ਨਹੀਂ ਜਿਹੜੇ ਪ੍ਰਭੂ ਨੇ ਮੈਨੂੰ ਲੋਕ ਦਿੱਤੇ ਮੈਂ ਉਹਨਾਂ ਲਈ ਰੋਣਾ ਬ੍ਰਦਰ ਜੀ ਕਿੰਨੀ ਵਧਾਉਣਾ ਚਾਹੁੰਦੇ ਇਹਨੂੰ ਤੁਸੀਂ ਸਾਊਂਡ ਨੂੰ ਕਿੰਨਾ ਵਧਾਉਣਾ ਚਾਹੁੰਦੇ ਔਰ ਮੈਂ ਤੈਨੂੰ ਇੱਕ ਦੱਸਾਂ ਜੋ ਤੁਸੀਂ ਵਿਚਾਰ ਕਰਦੇ ਹੋ ਕਿ ਲੋਕਾਂ ਦੇ ਬਾਰੇ ਬੋਲੀ ਜਾਂਦਾ ਮੇਰੇ ਬਾਰੇ ਕੋਈ ਬੋਲਦਾ ਇੱਦਾਂ ਹੀ ਆ ਵਿਚਾਰਾ ਖੁਦਾ ਜਾਣਦਾ ਹਾਲੇ ਲੋਈ ਆ ਛੋਟੀ ਤੋਂ ਛੋਟੀ ਗੱਲ ਨੂੰ ਪਰਮੇਸ਼ਰ ਜਾਣਦਾ ਹਾਲੇ ਲੋਈ ਆ ਔਰ ਆਈਏ ਸਭ ਹੱਥ ਚੁੱਕ ਕੇ ਦੁਆ ਕਰਦੇ ਹਾਂ ਸਾਡੇ